अस्सलाम वालेकुम जी सारे दोस्तों नु तुसीं देख रहे हो जी दोस्तों मैंने डेयरी विलॉग चैनल ते अज दा विलॉग करदे आं जी शुरू। अज दा थोड़ा जिहड़ा मौजू है जी वह है जी सफाई दे बारे दे विच दोस्तों नाल शेयर करांगे जी फार्म ते सफाई जिहड़ी है वह किस तरीके नाल कीती जांदी है। वड्डे फार्मां ते दोस्तों डेली गोबर चकन वाला काम तो हुंदा कोई नहीं, फर्शां दी जिहड़ी है वाशिंग हुंदी है हैवी प्रेशर ना, बाकी जिहड़ा बाहर खुला एरिया हुंदा इहदे विच फार्मरां ने जिहड़ा अपना पल वगैरह सटवाई हुंदी आ ते वैसे तो दो तीन महीने कढ जांदी है जी इह पल एक दफा पाई होवे तां, बाकी इहदे उत्ते कराह मार के जरा सीधी पदरी जी कर देईदी आ, गोहा जिहड़ा उह रेते दे विच मिक्स हो जांदा वा, बिशाप जिहड़ा वा इह हुंदी आ पल जिदां कक्की रेत हुंदी आ ते झूसदी रहिंदी आ, इहनूं फिर हाल मार देईदे आ। ठीक है जी ये तकरीबन फुट फुट फार्म दे विच पाई हुंदी है जी, हल मार के ते इहनू उबरा कीता जांदा पोली हो जांदी है जमीन ते गोबर विशाप जिहड़ा इहदे विच मिक्स हुंदा रहिंदा ते रेता जिहड़ा वा ओह चिकड़ वगैरह नहीं बनन दिंदा, गिल्ला नहीं हुंदा समान। जिस तरह फार्मां दे विच टोए बन जांदे आ ओह टोए इस तरह बनदे आ जिस जगह ते पक्की मिट्टी सिट्टी हुंदी आ ते जानवर जिसम उत्थे विशाप करदे आ ते खुरां दे नाल उत्थों लंघ लंघ के टप टप के बह बह के जिहड़ा वा ओह टोए पा दिंदे आ। ते वड्डे फार्मां दे विच जिहड़ा वा जिहड़े वड्डे लेवल दे फार्मर होगे उहनां दे विच इक तां क्यूबिकलां दा इस्तेमाल कीता जांदा, उस तों बाद जिहड़ी भाल आ ओह उहनां वास्ते बहुत जरूरी हुंदी है तां कि जानवर जिहड़ा वा गोबर पेशाब दे विच जा के ना बैठे ते थान जिहड़ा जानवर दा ओह खराब ना हो। इस तरह ही दोस्तों असीं वी अपने फार्म दे उत्ते ਭਾਲ ਪਵਾਈ ਹੋਈ ਹੈ ਜੀ, ਤਕਰੀਬਨ ਫੁੱਟ ਫੁੱਟ ਡੇਢ ਡੇਢ ਫੁੱਟ ਭਾਲ ਪਾ ਕੇ ਅਤੇ ਜਾਨਵਰਾਂ ਵਾਸਤੇ ਜਿਹੜਾ ਵਾ ਬਿਲਕੁਲ ਪੂਰਾ ਮਨ ਸਕੂਨ ਕੰਮ ਹੋ ਜਾਂਦਾ। ਬਸ ਇਹਦੇ ਉੱਤੇ ਹਲ ਮਾਰ ਦੇਈਦੇ ਆ, ਕਰਾਹ ਮਾਰ ਕੇ ਅੱਛੀ ਤਰ੍ਹਾਂ ਜਿਹੜਾ ਉਹ ਸਫਾਈ ਹੋ ਜਾਂਦੀ ਆ। ਇਹਨੂੰ ਜਸਟਨ ਜ਼ਮੀਨ ਵਿਹਲੀ ਹੋਵੇ ਦੋ ਮਹੀਨਿਆਂ ਤੱਕ, ਮਕਈ ਵਾਲੀ ਹੋ ਗਈ ਜਾਂ ਗੰਦਮ ਵਾਲੀ ਹੋ ਗਈ ਕਪਾਹ ਵਾਲੀ ਹੋ ਗਈ, ਇਹਨੂੰ ਲੋਡ ਕਰਵਾ ਕੇ ਪਹਿਲੇ ਹਲ ਮਾਰੀ ਦੇ ਹਲਾਂ ਨਾਲ ਪੱਟ ਕੇ ਇਹ ਫੁੱਟ ਫੁੱਟ ਚੁਕਵਾ ਕੇ ਅਤੇ ਲੋਡ ਕਰਵਾ ਕੇ ਜਿਹੜਾ ਉਹ ਫਸਲ 'ਚ ਪਾ ਦੇਈਦੇ। ਇੱਕ ਤਾਂ ਦੋਸਤੋ ਸਾਡੇ ਇੱਥੇ ਪੱਕੇ ਰਕਬੇ ਵੱਟ ਦਾ ਰਕਬਾ ਵਾ, ਰਕਬੇ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਇਹਦਾ, ਪਿਸ਼ਾਬ ਔਰ ਗੋਬਰ ਦੋਨੇ ਚੀਜ਼ਾਂ ਜਿਹੜੀਆਂ ਉਹ ਮਿਕਸ ਹੁੰਦੀਆਂ ਵਾ, ਉਹਦੇ ਨਾਲ ਜਿਹੜਾ ਜ਼ਮੀਨ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਅਤੇ ਸਫਾਈ ਜਿਹੜੀ ਆ ਉਹ ਡੇਲੀ ਬੇਸ 'ਤੇ ਨਹੀਂ ਕਰਨੀ ਪੈਂਦੀ। ਇਸ ਤਰ੍ਹਾਂ ਕਰਾਹ ਘੁਮਾ ਦੇਈਦਾ ਵਾ, ਤਕਰੀਬਨ ਕੋਈ 15-20 ਦਿਨਾਂ ਬਾਅਦ ਟਰੈਕਟਰ ਪਿੱਛੇ ਕਰਾਹ ਪਾ ਕੇ 10-15 ਮਿੰਟ ਲੱਗਦੇ ਆ ਸਾਰੇ ਫਾਰਮ ਦੇ ਵਿੱਚ ਜਿਹੜਾ ਉਹ ਕਰਾਹ ਵੱਜ ਜਾਂਦਾ ਵਾ। ਕਰਾਹ ਮਾਰਨੇ ਤੋਂ ਬਾਅਦ ਜਿਹੜਾ ਅਸੀਂ ਸਪਰੇਅ ਕਰਾਂਗੇ ਜੀ, ਸਪਰੇਅ ਦਾ ਇਸਤੇਮਾਲ ਜਿਹੜਾ ਵਾ ਦੋਸਤੋ ਜ਼ਰੂਰੀ ਆ, ਉਹਦੇ ਨਾਲ ਇਹ ਆ ਕਿ ਚਿੱਕੜ ਜਿਹੜਾ ਵਾ ਉਹ ਖਤਮ ਹੋ ਜਾਂਦਾ ਵਾ, ਉਸ ਤੋਂ ਬਾਅਦ ਮੱਛਰ ਜਿਹੜਾ ਉਹ ਜਾਨਵਰਾਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ, ਜਾਨਵਰ ਜਿਹੜੇ ਆ ਉਹ ਤੁਹਾਡੇ ਡਿਸਟਰਬ ਰਹਿੰਦੇ ਆ। ਅਤੇ ਤੁਸੀਂ ਜਿਹੜਾ ਹਰ ਇੱਕ ਫਾਰਮਰ ਔਰ ਜਿਸ ਤਰ੍ਹਾਂ ਲੋਕਾਂ ਨੇ ਘਰ ਰਵਾਇਤੀ ਜਾਨਵਰ ਰੱਖੇ ਹੋਏ ਆ, ਆਪਣਾ ਹੱਕ ਬਣਦਾ ਜੀ ਇਹਨਾਂ ਵਾਸਤੇ ਸਫਾਈ ਜਿਹੜੀ ਆ ਉਹ ਇੱਕ ਅਹਿਮ ਜੋਜ਼ ਆ ਫਾਰਮ ਦਾ, ਜਿਹਦੇ ਨਾਲ ਫਾਰਮਰ ਨੂੰ ਔਰ ਬਾਕੀ ਰਵਾਇਤੀ ਜਾਨਵਰ ਰੱਖਣ ਵਾਲਿਆਂ ਨੂੰ ਕਾਮਯਾਬੀ ਮਿਲਦੀ ਆ, ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਹਾਸਲ ਹੁੰਦਾ। ਜਿਸ ਤਰ੍ਹਾਂ ਸਾੜੂ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਪੈਂਦੀਆਂ, ਇਹ ਤਕਰੀਬਨ 90% ਜੀ ਸਫਾਈ ਦੀ ਦਾ ਇਸ਼ੂ ਹੀ ਹੁੰਦਾ ਅਤੇ ਬਿਮਾਰੀ ਜਿਹੜੀ ਆ ਉਹ ਕਾਫੀ ਫਿਰ ਹੈਵੀ ਹੋ ਜਾਂਦੀ ਆ। ਸਾੜੂ ਦੀ ਬਿਮਾਰੀ ਜਿਹੜੀ ਜਾਨਵਰ ਦੀ ਜ਼ਿਆਦਾ ਜਾਨਲੇਵਾ ਤਾਂ ਨਹੀਂ ਹੁੰਦੀ ਲੇਕਿਨ ਅੱਧ ਮੋਇਆ ਫਿਰ ਵੀ ਉਹਨੂੰ ਕਰ ਦਿੰਦੀ ਆ, ਅਤੇ ਕੋਸ਼ਿਸ਼ ਕਰਿਆ ਕਰੋ ਸਫਾਈ ਜਿਹੜੀ ਆ ਇਹਨੂੰ 100/100 ਹੋਣੀ ਚਾਹੀਦੀ ਆ ਹਰ ਇੱਕ ਫਾਰਮਰ ਦੀ ਵੀ ਔਰ ਰਵਾਇਤੀ ਜਾਨਵਰ ਰੱਖਣ ਵਾਲੇ ਦੋਸਤਾਂ ਦੀ ਵੀ, ਆਪਣੇ ਜਾਨਵਰਾਂ ਨੂੰ ਇੱਕ ਸਾਫ਼ ਸੁਥਰਾ ਜਿਹੜਾ ਵਾ ਉਹ ਮਾਹੌਲ ਮੁਯੱਸਰ ਕੀਤਾ ਜਾਵੇ ਤਾਂ ਕਿ ਆਉਣ ਵਾਲੀ ਵਕਤ ਦੇ ਵਿੱਚ ਤੁਹਾਨੂੰ ਕਾਮਯਾਬੀ ਹਾਸਲ ਹੋਵੇ। ਜਿਸ ਟਾਈਮ ਜਾਨਵਰ ਨੂੰ ਸਾੜੂ ਦੀ ਬਿਮਾਰੀ ਪੈ ਜਾਂਦੀ ਹੈ ਇੱਕ ਤਾਂ ਜਾਨਵਰ ਦਾ ਜੀ ਥਣ ਖਤਮ ਹੋ ਜਾਂਦਾ 70%, ਉਸ ਤੋਂ ਬਾਅਦ ਕਈ ਜਾਨਵਰਾਂ ਦੇ ਥਣ ਫਿਰ ਚੱਲ ਪੈਂਦੇ ਆ, ਕਈਆਂ ਦੇ ਨਹੀਂ ਚੱਲਦੇ, ਉਹ ਇੱਕ ਥਣ ਤੋਂ ਗਈ ਆਈ ਪਿੱਛੇ ਬਚ ਕੇ 3 ਥਣ, ਜਿਸ ਜਾਨਵਰ ਦੀ 5 ਲੱਖ ਰੁਪਇਆ ਕੀਮਤ ਹੁੰਦੀ ਆ ਉਹਦੀ ਕੀਮਤ ਆ ਬਚਦੀ ਆ ਜੀ 2 ਲੱਖ ਰੁਪਇਆ। ਇਸ ਤਰ੍ਹਾਂ ਜਿਹੜੇ ਨੁਕਸਾਨਾਤ ਦੇ ਵਿੱਚ ਬਹੁਤ ਜ਼ਿਆਦਾ ਫਾਰਮਰ ਫਿਰ ਪਿੱਛੇ ਚਲੇ ਜਾਂਦੇ ਆ ਅੱਗੇ ਜਾਣ ਦੀ ਬਜਾਏ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਜਿਹੜਾ ਕੀਮਤੀ ਅਹਿਸਾਸ ਆ ਵਾ ਉਹ ਉਹਨਾਂ ਦੇ ਹੱਥੋਂ ਜਾ ਰਿਹਾ ਹੁੰਦਾ, ਲੇਕਿਨ ਉਹਨਾਂ ਨੂੰ
ऐसा ऐसा पता भी नहीं लगता, बाद चो पता लगता भी क्या खोया तो क्या पाया। इस करके मैं अक्सर कहना हूँ कि सफाई जी है जी वो अहम जुजा कामयाबी का एक अहम राज है। ये हर एक सफाई जी जानवरों मुयसर करनी चाहिए है। सफाई नेक समान है, एक तो जी काम साफ सुथरा सोहना लगता, दूसरा जिहड़ा तुहाडे जानवरों एक बेहतरीन जिहड़ा माहौल मुयसर हुंदा। उस तो बाद दोस्तों काफ़ी साडे भरा ने एक क्यूबिकल है जी, इनू आम जबान दे विच बंकर भी कह दईदा, साडे पंजाबी जबान है, जिदा जिदा फिर जिन्हों जिथे बोलना सौखा लगता बोल लैंदा जी। इनू इनू असल असल दे विच क्यूबिकल कहा जाता, पैपां नू जिहड़ा बैंड पा के लगाया जाता। इहदा मकसद जिहड़ा वा ओह मैं तुहानू अगली वीडियो च इंशाल्लाह तुहाडे नाल शेयर करूँगा जी। इह जानवर देखो इस क्यूबिकल च बैठा वा, ये जी मुकम्मल इनफॉर्मेशन है जी जरा हूँ तुम मैं शेयर करा, तो वीडियो जी काफ़ी लंबी हो जानी है। फिर काफ़ी दोस्त भरा कहें जी लंबी वीडियो अपलोड करया करो, कई कहें यार छोटी भेजा करो, तो उस हिसाब किताब ना अगली वीडियो के इंशाल्लाह तुम्हें इनफॉर्मेशन देवे जी। हूँ करा दोस्तों वज गया, हूँ असं टोटल च करा जी स्परे, ठीक है जी, हर कोने हर पास जोड़ा वो स्परे का छिड़काओ करा, चार्जिंग वाली टैंकी जी स्परे वाली होंगी है वो पा के, तो इनू मुकम्मल सारे फार्म के स्परे की जाएगी, मच्छर तो चिचड़ा तो वह जी जान छुट जाएगी। एक चिचड़ भी जड़ा जी इस गां वास्ते जानलेवा हो सकता, एक चिचड़ भी, एक चिचड़ भी जड़ा वो ताड़ी इस जानवरों नू रेड रेड वाटर करवा सकता वा, ठीक है, जानवर ताड़ा जड़ा वा वो डिस्टर्ब हो सकता वा। तो ये सफाई जड़ी आ ये हर एक दोस्त नूं जी बरकरार रखनी चाहिए है। बाकी इंशाल्लाह ताला जी मिलते हैं अगली वीडियो के, तब तक आपका ख्याल रखियो जी, अल्लाह हाफिज़।